आंगनवाड़ी वर्कर ते हेल्पर सानू चार महीने तो जिहड़ी साडी बनदा जिहड़ा माण पत्ता सानू नहीं दिता गया। ਉਹੀ ਹਾਲ ਸਾਡਾ ਪਹਿਲਾਂ ਵੀ ਜਾਂ ਤਿਉਹਾਰ ਚੱਲਦੇ ਸੀ ਹੁਣ ਉਹੀ ਦਿਨ ਸਾਡੇ ਅੱਜ ਫੇਰ ਆ ਗਏ ਵੀ ਤਿਉਹਾਰਾਂ ਦਾ ਦੌਰ ਆ ਉੱਧਰ ਆਂਗਨਵਾੜੀ ਵਰਕਰ ਤੇ ਹੈਲਪਰ ਆ ਜਿਹੜੀਆਂ ਤਨਖਾਹਾਂ ਤੋਂ ਵਾਂਝੀਆਂ ਨੇ ਧਰਨੇ ਨੇ ਜਿਹੜੇ ਉਹ ਕਹਿੰਦੇ ਸੀ ਮੈਂ ਕਿਸੇ 'ਤੇ ਵੀ ਲਾਠੀਚਾਰਜ ਨਹੀਂ ਕਰੂੰਗਾ ਆਪਾਂ ਦੇਖਿਆ ਹੀ ਆ ਬਰਨਾਲੇ ਦੇ ਵਿੱਚ ਆਪਣੇ ਪ੍ਰੋਫੈਸਰਾਂ 'ਤੇ ਇਹਨਾਂ ਨੇ ਲਾਠੀਚਾਰਜ ਕਰ ਦਿੱਤਾ ਹੈ ਨਾ ਡਿਊਟੀਆਂ ਸਾਡੀਆਂ ਬਹੁਤ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਬੰਦੇ ਹਰ ਇੱਕ ਦੇ ਪਰ ਜਦੋਂ ਤਨਖਾਹ ਦੇਣ ਦੀ ਵਾਰੀ ਆਉਂਦੀ ਆ ਉਦੋਂ ਇਹਨਾਂ ਕੋਲ ਅਫਸਰ ਨਹੀਂ ਹੈਗੇ ਕਲਰਕ ਇੱਕ ਆ ਇੱਥੇ ਅਕਾਊਂਟੈਂਟ ਦੀ ਪੋਸਟ ਵੀ ਖਾਲੀ ਆ ਸੇਵਾਦਾਰ ਦੀ ਵੀ ਖਾਲੀ ਆ ਡਰਾਈਵਰ ਤੱਕ ਗੱਡੀ ਦਾ ਨਹੀਂ ਇੱਥੇ ਹੈਗਾ ਜੀ ਅੰਬੇਡਕਰ ਮਿਸ਼ਨ ਨਿਊ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਾਨ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਨੇ ਪਰ ਮਾਨ ਸਾਹਿਬ ਦਾ ਕਹਿਣਾ ਸੀ ਵੀ ਹੁਣ ਜਿਹੜਾ ਧਰਨਿਆਂ ਦਾ ਦੌਰ ਆ ਉਹ ਖਤਮ ਹੋ ਚੁੱਕਿਆ ਵੀ ਧਰਨੇ ਨਹੀਂ ਲੱਗਣਗੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਇੱਕ ਧਰਨਾ ਲੱਗਿਆ ਆਂਗਨਵਾੜੀ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ ਕੀ ਕਾਰਨ ਆ ਉਸ ਧਰਨੇ ਦਾ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਹੋਰ ਵੀ ਸ਼ਖਸ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਕਿਉਂ ਧਰਨਾ ਲਗਾਇਆ ਕੀ ਮਕਸਦ ਉਹਨਾਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਕੁਲਵੰਤ ਕੌਰ ਨੀਲੋਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਜਨਰਲ ਸਕੱਤਰ ਮਾਛੀਵਾੜਾ ਸਾਹਿਬ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਧਰਨਿਆਂ ਦਾ ਦੌਰ ਖਤਮ ਹੋ ਗਿਆ ਪਰ ਹੁਣ ਤੁਸੀਂ ਫੇਰ ਧਰਨਾ ਲਾ ਕੇ ਬੈਠੇ ਹੋ ਕੀ ਕਾਰਨ ਆ ਜੀ ਧਰਨੇ ਪਰ ਦੇਖੋ ਜਿਹੜੀਆਂ ਸਰਕਾਰ ਗੱਲਾਂ ਪਹਿਲਾਂ ਕਹਿੰਦੇ ਹੁੰਦੇ ਨੇ ਪਰ ਕਹਿੰਦੇ ਕੁਛ ਹੁੰਦੇ ਨੇ ਮਗਰੋਂ ਕਰਦੇ ਕੁਛ ਨੇ ਜਿਹੜਾ ਧਰਨਿਆਂ ਦਾ ਦੌਰ ਤਾਂ ਜ਼ਿਆਦਾ ਸ਼ੁਰੂ ਹੋ ਗਿਆ ਅੱਗੇ ਤੋਂ ਵੀ ਜ਼ਿਆਦਾ ਧਰਨੇ ਨੇ ਜਿਹੜੇ ਉਹ ਕਹਿੰਦੇ ਸੀ ਮੈਂ ਕਿਸੇ 'ਤੇ ਵੀ ਲਾਠੀਚਾਰਜ ਨਹੀਂ ਕਰੂੰਗਾ ਆਪਾਂ ਦੇਖਿਆ ਹੀ ਆ ਬਰਨਾਲੇ ਦੇ ਵਿੱਚ ਆਪਣੇ ਪ੍ਰੋਫੈਸਰਾਂ 'ਤੇ ਇਹਨਾਂ ਨੇ ਲਾਠੀਚਾਰਜ ਕਰ ਦਿੱਤਾ ਹੈ ਨਾ ਜਿਹੜਾ ਸਾਡਾ ਅੱਜ ਦਾ ਰੋਸ ਧਰਨਾ ਸੀ ਮਾਛੀਵਾੜਾ ਸਾਹਿਬ CDPO ਦਫ਼ਤਰ ਦੇ ਅੱਗੇ ਅੱਜ ਅਸੀਂ ਧਰਨਾ ਰੱਖਿਆ ਆਂਗਨਵਾੜੀ ਵਰਕਰ ਅਤੇ ਹੈਲਪਰ ਸਾਨੂੰ 4 ਮਹੀਨੇ ਤੋਂ ਜਿਹੜੀ ਸਾਡੀ ਬਣਦਾ ਜਿਹੜਾ ਮਾਣ ਪੱਤਾ ਸਾਨੂੰ ਨਹੀਂ ਦਿੱਤਾ ਗਿਆ ਕਿਉਂਕਿ ਜਿਹੜੀਆਂ ਸਾਡੀਆਂ ਰਿਪੋਰਟਾਂ ਮਹੀਨੇ ਦੀ ਮਹੀਨੇ ਜਾਈ ਗਈਆਂ ਵੀ ਸਾਡੀਆਂ ਰਿਪੋਰਟਾਂ ਦੇਈ ਜਾਓ ਜਿਹੜਾ ਸਾਡਾ ਇਹਨਾਂ ਦਾ ਮਾਣ ਪੱਤੇ ਵੱਲ ਸਾਡਾ ਧਿਆਨ ਨਹੀਂ ਦਿੱਤਾ ਅਸੀਂ ਅੱਜ ਤੋਂ 10 ਦਿਨ ਪਹਿਲਾਂ ਵੀ ਧਿਆਨ ਦੇ ਵਿੱਚ MLA ਸਾਹਿਬ ਨੂੰ ਵੀ ਮਿਲੇ ਸੀ DPO ਆਪਣੇ ਲੁਧਿਆਣੇ ਵੀ ਮਿਲੇ ਸੀਗੇ ਡਾਇਰੈਕਟੋਰੇਟ ਵੀ ਸਾਡੀ ਗੱਲ ਹੋਈ ਆ ਵੀ ਜਿਹੜਾ ਸਾਡਾ ਮਾਣ ਪੱਤਾ CDPO ਦੀ ਕਿਸੇ ਦੀ ਲਾ ਕੇ ਵੀ ਸਾਡਾ ਜਿਹੜਾ ਮਾਣ ਪੱਤਾ ਪਵਾਇਆ ਜਾਵੇ ਪਰ ਇਹਨਾਂ ਨੇ CDPO ਆਪਣੇ ਕੰਮਾਂ ਲਈ ਰਿਪੋਰਟਾਂ ਲਈ CDPO ਨੂੰ ਲਗਾ ਦਿੱਤਾ ਪਰ ਜਿਹੜੀ ਉਹਨਾਂ ਨੂੰ DDO ਪਾਵਰਾਂ ਨਹੀਂ ਦਿੱਤੀਆਂ ਜੇਕਰ ਸਾਡੀ CDPO ਜਿਹੜੀ ਪੋਸਟ ਆ ਕਹਿੰਦੇ ਲੰਬੇ ਸਮੇਂ ਤੋਂ ਖਾਲੀ ਪਈ ਆ ਕੀ ਇਸ ਤਰ੍ਹਾਂ ਹੈ ਅੰਦਰ CDPO ਸਾਹਿਬ ਬੈਠੇ ਨੇ ਹਾਂਜੀ ਨਹੀਂ ਸਰ CDPO ਸਰ ਹੈ ਨਹੀਂ ਉਹ ਸਰ ਬਦਲੀ ਕਰਵਾ ਗਏ ਪਹਿਲਾਂ ਵੀ ਸਰ ਜਦ ਬਦਲੀ ਕਰਵਾ ਗਏ ਸੀ ਸਾਨੂੰ 6 ਮਹੀਨੇ ਤਨਖਾਹ ਨਹੀਂ ਸੀ ਪਈ ਅਸੀਂ ਇੱਦਾਂ ਹੀ ਜਦ ਵੀ ਅਸੀਂ ਰੋਸ ਮਜ਼ਾਰਾ ਕਰਕੇ ਸਮਰਾਲੇ ਜਿਹੜੇ CDPO ਦੇ ਜਿਹੜੀ ਪੋਸਟ ਅਸੀਂ ਦੁਬਾਰਾ ਕਰਵਾ ਕੇ ਜਿਹੜੀ ਸਾਡੀ ਤਨਖਾਹ ਪਈ ਸੀ ਉਹੀ ਹਾਲ ਸਾਡਾ ਪਹਿਲਾਂ ਵੀ ਜਾਂ ਤਿਉਹਾਰ ਚੱਲਦੇ ਸੀ ਹੁਣ ਉਹੀ ਦਿਨ ਸਾਡੇ ਅੱਜ ਫੇਰ ਆ ਗਏ ਵੀ ਤਿਉਹਾਰਾਂ ਦਾ ਦੌਰ ਆ ਉੱਧਰ ਆਂਗਨਵਾੜੀ ਵਰਕਰ ਅਤੇ ਹੈਲਪਰ ਆ ਜਿਹੜੀਆਂ ਤਨਖਾਹਾਂ ਤੋਂ ਵਾਂਝੀਆਂ ਨੇ ਜੇਕਰ ਉਹਨਾਂ ਨੂੰ ਤਨਖਾਹ ਮਿਲੂਗੀ ਤਾਂ ਹੀ ਉਹਨਾਂ ਦੇ ਘਰ ਉਹ ਦਾਲ ਪਾਣੀ ਰੋਟੀ ਮਿਰਚ ਮਸਾਲਾ ਘਰੇ ਲੈ ਕੇ ਜਾਣਗੀਆਂ ਤੁਹਾਨੂੰ ਪਤਾ ਵੀ ਜਿਹੜਾ ਇਹ ਤਨਖਾਹ ਦੇ ਸਿਰ ਤੇ ਹੀ ਵਰਕਰਾਂ ਦੇ ਹੈਲਪਰਾਂ ਦੇ ਜਿਹੜੇ ਤਨਖਾਹ ਤੇ ਕਿੰਨੇ ਸਮੇਂ ਤੋਂ ਜਿਹੜੀ ਤੁਹਾਡੀ ਤਨਖਾਹ ਆ ਉਹ ਪਈ ਨਹੀਂ ਇਹ ਸਰ 4 ਮਹੀਨੇ ਹੋ ਚੱਲੇ ਨੇ ਵੀ ਜਿਹੜੀ ਸਾਡੀ ਵਰਕਰ ਤੇ ਹੈਲਪਰਾਂ ਦੀ ਜਿਹੜੀ ਸਾਡੀ ਤਨਖਾਹ ਨਹੀਂ ਪਈ ਤੇ ਇਸ ਕਰਕੇ ਵੀ ਜਿਹੜਾ ਅਸੀਂ ਅੱਜ ਦਾ ਜਿਹੜਾ ਧਰਨਾ ਰੱਖਿਆ ਵੀ ਜੇਕਰ ਸਾਡੀਆਂ ਜਿਹੜੀਆਂ DDO ਪਾਵਰਾਂ CDPO ਨੂੰ ਦੇ ਕੇ ਸਾਡੀ ਜਿਹੜੀ ਤਨਖਾਹ ਪਵਾਈ ਜਾਵੇ ਨਹੀਂ ਜਿਹੜਾ ਸਾਡਾ ਅਗਲਾ ਸੰਘਰਸ਼ ਆ ਇਦੋਂ ਵੀ ਤਿੱਖਾ ਹੋਊਗਾ ਉਹ ਅਸੀਂ ਫਿਰ ਤੋਂ ਦੱਸਾਂਗੇ ਵੀ ਜਿਹੜਾ ਅਗਲਾ ਸੰਘਰਸ਼ ਅਸੀਂ ਇਦੋਂ ਵੀ ਤੇਜ਼ ਕਰਾਂਗੇ ਅੱਜ ਅਸੀਂ 3 ਵਜੇ ਤੋਂ ਬਾਅਦ ਆਪਣੇ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਨ ਜਾ ਰਹੇ ਹਾਂ ਤਾਂ ਕਿ ਜਿਹੜਾ ਸਰਕਾਰ ਦੇ ਕੰਨੀ ਪਤਾ ਲੱਗ ਜਾਵੇ ਵੀ ਜਿਹੜੀਆਂ ਸਾਡੀਆਂ ਵਰਕਰਾਂ ਵੀ ਤਨਖਾਹ ਤੋਂ ਬਿਨਾਂ ਕਿੰਨੀਆਂ ਔਖੀਆਂ ਨੇ ਕਿਸ ਸੈਂਟਰ ਤੋਂ ਜਿਹੜੇ ਤੁਹਾਡੇ ਵਰਕਰ ਇਸ ਟਾਈਮ ਬੈਠੇ ਨੇ ਕਿੰਨੇ ਕੁ ਵਰਕਰ ਬੈਠੇ ਨੇ ਇਹ 200 ਤੋਂ ਉੱਪਰ ਹੀ ਵਰਕਰ ਹੋਣਗੇ ਵਰਕਰ ਤੇ ਹੈਲਪਰ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਵਰਕਰ ਤੇ ਹੈਲਪਰ ਇਹ ਆਏ ਨੇ ਅੱਜ ਕਿਉਂਕਿ ਅੱਜ ਜਿਹੜਾ ਸਾਡਾ ਰੋਸ ਅੱਜ ਸਾਡਾ ਪੂਰੇ ਦਿਨ ਦਾ ਇਹ ਇੱਥੇ ਅੱਜ ਬੈਠ ਕੇ ਅਸੀਂ ਧਰਨਾ ਦੇਣਾ ਹੈ ਆਂਗਨਵਾੜੀ ਵਰਕਰਾਂ ਦੇ ਬਲਾਕ ਕੈਸ਼ੀਅਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਤਾਂ ਉਹਨਾਂ ਦਾ ਇਸ ਪ੍ਰਤੀ ਜਿਹੜਾ ਧਰਨਾ ਲਗਾਇਆ ਗਿਆ ਕੀ ਕਹਿਣਾ ਹਾਂਜੀ ਮੈਂ ਮਨਜੀਤ ਕੌਰ ਬਲਾਕ ਕੈਸ਼ੀਅਰ ਬਲਾਕ ਮਾਛੀਵਾੜਾ ਸਾਹਿਬ ਅੱਜ ਅਸੀਂ ਇਹ ਧਰਨਾ ਤੁਹਾਨੂੰ ਕੁਲਵੰਤ ਭੈਣ ਦੱਸ ਚੁੱਕੇ ਨੇ ਵੀ ਅਸੀਂ ਕਿਸ ਵਾਸ ਮਕਸਦ ਦੇ ਨਾਲ ਹੀ ਲਾਇਆ ਆ ਅਤੇ ਇਹਦੇ ਵਿੱਚ ਸਾਡੇ ਮਾਛੀਵਾੜਾ ਬਲਾਕ ਦੇ 141 ਸੈਂਟਰ ਨੇ ਜਿਹਦੇ ਵਿੱਚ ਲਗਭਗ 250 ਵਰਕਰ ਅਤੇ ਹੈਲਪਰ ਹੈਗੀ ਆ ਜਿਨ੍ਹਾਂ ਦੇ ਵਿੱਚ ਬਹੁਤ ਥੋੜ੍ਹੀਆਂ ਭੈਣਾਂ ਨੇ ਜਿਨ੍ਹਾਂ ਦੇ ਚਲੋ ਘਰਾਂ ਦੇ ਵਿੱਚ ਹੋ ਗਏ ਬਾਕੀ ਤਕਰੀਬਨ ਸਭ ਲੋੜਵੰਦ ਹੀ ਇਸ ਕੰਮ ਦੇ ਵਿੱਚ ਆਂਗਨਵਾੜੀ ਵਰਕਰ ਹੈਲਪਰ ਦੀ ਜ਼ਿਆਦਾਤਰ ਕੇ ਹੈਲਪਰਾਂ ਜਿਹੜੀਆਂ ਨੇ ਉਹ ਬਹੁਤ ਲੋੜਵੰਦ ਪਰਿਵਾਰਾਂ ਦੇ ਵਿੱਚੋਂ ਹੈਗੀਆਂ ਨੇ ਅਤੇ ਇਹ ਹੁਣ ਤੁਹਾਨੂੰ ਵੀ ਪਤਾ ਵੀ ਤਨਖਾਹ ਤੋਂ ਬਿਨਾਂ ਆਪਾਂ ਨੂੰ ਮਹੀਨੇ ਦੇ ਮਹੀਨੇ ਆਪਣੇ ਉਸੇ ਹਿਸਾਬ ਦੇ ਖਰਚੇ ਹੁੰਦੇ ਨੇ ਚਾਹੇ ਕਿ ਘਰੋਂ ਚੰਗਾ ਵੀ ਆ ਆਪਾਂ ਖਰਚੇ ਉਸੇ ਹਿਸਾਬ ਨਾਲ ਕੀਤੇ ਹੁੰਦੇ ਨੇ ਵੀ ਆਪਾਂ ਨੂੰ ਮਹੀਨੇ ਦੇ ਮਹੀਨੇ ਨਹੀਂ ਤਨਖਾਹ ਮਿਲ ਜਾਣੀ ਪਰ ਹੁਣ ਸਾਨੂੰ 2.5-3 ਮਹੀਨੇ ਤੋਂ ਮਾਣ ਪੱਤਾ ਬਿਲਕੁਲ ਨਹੀਂ ਮਿਲ ਰਿਹਾ ਹੈਗਾ
ਸੀ ਡੀ ਪੀ ਓ ਦੀ ਪੋਸਟ ਖਾਲੀ ਆ ਸਾਰਾ ਦਫ਼ਤਰ ਖਾਲੀ ਪਿਆ ਇੱਕ ਸੁਪਰਵਾਈਜ਼ਰ ਆ ਉਹ ਵੀ ਡੈਪੂਟੇਸ਼ਨ ਤੇ ਆ ਕਿੰਨੀਆਂ ਕਿ ਜਾਨੀ ਕਿ ਅੰਦਰ ਜਿਹੜੀਆਂ ਪੋਸਟਾਂ ਖਾਲੀ ਪੋਸਟਾਂ ਦੇਖੋ ਸੀ ਡੀ ਪੀ ਓ ਦੀ ਪੋਸਟ ਆ ਪੰਜ ਸੁਪਰਵਾਈਜ਼ਰਾਂ ਨੇ ਪੰਜੇ ਖਾਲੀ ਆ ਇੱਕ ਸੁਪਰਵਾਈਜ਼ਰ ਸਮਰਾਲਾ ਤੋਂ ਡੈਪੂਟੇਸ਼ਨ ਤੇ ਆ ਸਾਰੇ ਸੁਪਰਵਾਈਜ਼ਰਾਂ ਦੀ ਪੋਸਟ ਇੱਥੇ ਖਾਲੀ ਆ ਕਲਰਕ ਇੱਕ ਆ ਇੱਥੇ ਅਕਾਊਂਟੈਂਟ ਦੀ ਪੋਸਟ ਵੀ ਖਾਲੀ ਆ ਸੇਵਾਦਾਰ ਦੀ ਵੀ ਖਾਲੀ ਆ ਡਰਾਈਵਰ ਤੱਕ ਗੱਡੀ ਦਾ ਨਹੀਂ ਇੱਥੇ ਹੈਗਾ ਜਦੋਂ ਜਦੋਂ ਸੀ ਡੀ ਪੀ ਓ ਨਹੀਂ ਹੈਗਾ ਤਾਂ ਇਹਨਾਂ ਨੇ ਗੱਡੀ ਦਾ ਡਰਾਈਵਰ ਦਾ ਕੀ ਕਰਨਾ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਉਹ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਬਦਲਾਅ ਕੋਈ ਆਇਆ ਬਦਲਾਅ ਕਿਸ ਤਰ੍ਹਾਂ ਦਾ ਬਦਲਾਅ ਆਇਆ ਬਦਲਾਅ ਤਾਂ ਦੇਖੋ ਜੀ ਸਰਕਾਰ ਨੂੰ ਹਜੇ ਇੱਕ ਟਾਈਮ ਥੋੜਾ ਹੋਇਆ ਹਨਾ ਅਸੀਂ ਵੀ ਕਹਿੰਦੇ ਵੀ ਸਮਾਂ ਵੀ ਇਹਦਾ ਹੈਗਾ ਆ ਵੀ ਪੋਸਟਾਂ ਭਰਨਗੇ ਚਲੋ ਉਹ ਵੀ ਮੰਨਦੇ ਆ ਅਸੀਂ ਚਲੋ ਪਰ ਜਦੋਂ ਤੱਕ ਪੋਸਟਾਂ ਨਹੀਂ ਭਰੀਆਂ ਜਾਂਦੀਆਂ ਸਾਡਾ ਕਿਸੇ ਨੂੰ ਚਾਰਜ ਦਾ ਦੇਣ ਸਾਡਾ ਤਾਂ ਇਹ ਅੱਜ ਦਾ ਮਸਲਾ ਜਿਹੜਾ ਉਹ ਇਹ ਆ ਪੋਸਟਾਂ ਦਾ ਵੀ ਨਹੀਂ ਅਸੀਂ ਲੈ ਕੇ ਆਏ ਅੱਜ ਦਾ ਅਸੀਂ ਮਸਲਾ ਇਹ ਲੈ ਕੇ ਆਏ ਵੀ ਚਾਰਜ ਕਿਸੇ ਨੂੰ ਦੇ ਕੇ ਸਾਡੀ ਤਨਖਾਹ ਜਿਹੜੀ ਪੁਆਈ ਜਾਵੇ ਕਿਉਂਕਿ ਆਂਗਨਵਾੜੀ ਵਰਕਰ ਤੇ ਹੈਲਪਰ ਆ ਜਿਹੜੀ ਇਹ ਮਾਂ ਦੇ ਪੇਟ ਤੋਂ ਬੱਚੇ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੀ ਆ ਜਦੋਂ ਇੱਕ ਮਾਂ ਗਰਭਵਤੀ ਹੁੰਦੀ ਆ ਉਦੋਂ ਤੋਂ ਲੈ ਕੇ ਆਂਗਨਵਾੜੀ ਵਰਕਰ ਤੇ ਹੈਲਪਰ ਦੀ ਡਿਊਟੀ ਸ਼ੁਰੂ ਹੋ ਜਾਂਦੀ ਆ ਅਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਬਕਾਇਦਾ ਉਹਨਾਂ ਨੂੰ ਖਾਣ ਪੀਣ ਦਾ ਜੋ ਵੀ ਦੱਸਣਾ ਉਹਨਾਂ ਨੂੰ ਜਿਹੜਾ ਦੇਣਾ ਉਹ ਵੱਖਰੀ ਗੱਲ ਆ ਉਹਨਾਂ ਨੂੰ ਘਰਾਂ 'ਚ ਵੀ ਦੱਸਦੇ ਆ ਵੀ ਤੁਸੀਂ ਕੀ ਦੇਣਾ ਬਕਾਇਦਾ ਆਂਗਨਵਾੜੀ ਸੈਂਟਰ 'ਚ ਮੀਟਿੰਗ 'ਚ ਕਰਕੇ ਅਸੀਂ ਉਹਨਾਂ ਨੂੰ ਸਾਰਾ ਦੱਸਦੇ ਆ ਵੀ ਤੁਸੀਂ ਆਪਣੇ ਬੱਚੇ ਦੀ ਕੇਅਰ ਕਿਵੇਂ ਕਰਨੀ ਆ ਮਹੀਨੇ ਦੀ ਮਹੀਨੇ ਉਹਨਾਂ ਦਾ ਵਜ਼ਨ ਤੱਕ ਕਰਦੇ ਆ ਅਸੀਂ ਕੱਦ ਵੀ ਨਾਪਦੇ ਆ ਤੇ ਬਾਕੀ ਸਾਨੂੰ ਹੋਰ ਪੋਸ਼ਣ ਅਭਿਆਨ ਦੇ ਇੱਕ ਇੱਥੋਂ ਤੱਕ ਵੀ ਦੇਖੀ ਜਾਂਦੇ ਨੇ ਵੀ ਤੁਸੀਂ ਰਸੋਈ ਦੇ ਲਈ ਧਨੀਆ ਵਰਤਣਾ ਉਹ ਵੀ ਘਰ 'ਚ ਲਾਓ ਇੰਨੀਆਂ ਇੰਨੀਆਂ ਗੱਲਾਂ ਅਸੀਂ ਜਾ ਕੇ ਘਰਾਂ 'ਚ ਦੱਸਦੇ ਹਾਂ ਡਿਊਟੀਆਂ ਸਾਡੀਆਂ ਬਹੁਤ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਬੰਦੇ ਹਰ ਇੱਕ ਦੇ ਪਰ ਜਦੋਂ ਤਨਖਾਹ ਦੇਣ ਦੀ ਵਾਰੀ ਆਉਂਦੀ ਆ ਉਦੋਂ ਇਹਨਾਂ ਕੋਲੇ ਅਫਸਰ ਨਹੀਂ ਹੈਗੇ ਇਹ ਪੋਸਟਾਂ ਦਾ ਜਦੋਂ ਭਰਨੀਆਂ ਭਰਨੀਆਂ ਅੱਜ ਦਾ ਤਾਂ ਸਾਡਾ ਮਕਸਦ ਇਹ ਆ ਵੀ ਕਿਸੇ ਨਾ ਕਿਸੇ ਨੂੰ ਚਾਰਜ ਦੇ ਕੇ ਚਾਰਜ ਇਹਨਾਂ ਨੇ ਆਪਣੀ ਰਿਪੋਰਟਾਂ ਲਈ ਦੇਤਾ ਉਹ ਅਸੀਂ ਬਾਈਕਾਟ ਕਰਤਾ ਵੀ ਜਦੋਂ ਤੱਕ ਸਾਡੀ ਤਨਖਾਹ ਨਹੀਂ ਮਿਲਦੀ ਅਸੀਂ ਬਿਲਕੁਲ ਇਹਨਾਂ ਨੂੰ ਕੋਈ ਰਿਪੋਰਟ ਨਹੀਂ ਦੇਵਾਂਗੇ ਤਨਖਾਹ ਮਿਲੂਗੀ ਤਾਂ ਅਸੀਂ ਉਹ ਸੀਡੀਪੀਓ ਖੰਨਾ ਨੂੰ ਅਸੀਂ ਰਿਪੋਰਟ ਦੇਵਾਂਗੇ ਤੁਹਾਡਾ ਧਰਨਾ ਇਹ ਕਿੰਨਾ ਚਿਰ ਲਗਾਤਾਰ ਜਾਰੀ ਰਹੂਗਾ ਦੇਖੋ ਅੱਜ ਦਾ ਅਸੀਂ ਸ਼ਾਮ 5 ਵਜੇ ਤੱਕ ਦੇਖਦੇ ਹਾਂ ਵੀ ਸਾਨੂੰ ਸਾਡੇ ਉੱਥੋਂ ਡਾਇਰੈਕਟਰ ਆਫਿਸ ਤੋਂ ਜਾਂ ਪੀਓ ਆਫਿਸ ਤੋਂ ਕੀ ਸੁਨੇਹਾ ਮਿਲਦਾ ਵੀ ਅੱਜ ਦੇ ਸਾਡੇ ਦਾ ਕੀ ਅਸਰ ਹੋਇਆ ਜੇ ਤਾਂ ਕੋਈ ਅਸਰ ਹੁੰਦਾ ਤਾਂ ਠੀਕ ਆ ਨਹੀਂ ਫਿਰ ਅਸੀਂ ਤੁਹਾਨੂੰ ਸ਼ਾਮ ਤੱਕ ਦੱਸਾਂਗੇ ਅਸੀਂ ਪ੍ਰੈਸ ਨੋਟ ਦੇ ਵਿੱਚ ਦੱਸਾਂਗੇ ਬਕਾਇਦਾ ਵੀ ਅਸੀਂ ਕੀ ਇਹਦਾ ਅੱਗੇ ਸੰਘਰਸ਼ ਕਿਵੇਂ ਤੇਜ਼ ਕਰਾਂਗੇ ਸੰਘਰਸ਼ ਅਸੀਂ ਜਾਣੀ ਆ ਅਸੀਂ ਬਹਿਣਾ ਨਹੀਂ ਘਰ ਨਹੀਂ ਟਿਕ ਕੇ ਬਹਿੰਦੀਆਂ ਇੰਨੀ ਗੱਲ ਅਸੀਂ ਕਹਿੰਦੇ ਹਾਂ ਵੀ ਜੇ ਸਾਡੀ ਤਨਖਾਹ ਨਹੀਂ ਮਿਲੀ ਅਸੀਂ ਘਰ ਨਹੀਂ ਬਹਿੰਦੀਆਂ ਅੱਜ ਤੋਂ ਅਸੀਂ ਆਪਦਾ ਸੰਘਰਸ਼ ਦੇ ਵਿੱਚ ਆ ਬਰਨਾਲਾ ਦੇ ਵਿੱਚ ਇੱਕ ਪ੍ਰੋਫੈਸਰ ਧਰਨਾ ਲਾ ਕੇ ਬੈਠੇ ਸੀਗੇ ਉਹਨਾਂ ਤੇ ਲਾਠੀ ਚਾਰਜ ਹੋਇਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਦੇਖੋ ਜੀ ਸਰਕਾਰਾਂ ਦੇ ਵਾਸਤੇ ਬਹੁਤ ਮਾੜੀ ਗੱਲ ਆ ਦੇਖੋ ਸ਼ਾਂਤਮਈ ਬੈਠੇ ਹਾਂ ਹੁਣ ਅਸੀਂ ਵੀ ਉਹ ਵੀ ਜ਼ਰੂਰ ਆ ਵੀ ਸ਼ਾਂਤਮਈ ਬੈਠੇ ਹੋਣਗੇ ਸ਼ਾਂਤਮਈ ਬੈਠਿਆਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਘਨਾਉਂਦੀ ਹਰਕਤ ਆ ਇਹ ਜਿਹੜੀ ਨਿੰਦਣਯੋਗ ਆ ਇਹ ਨਹੀਂ ਹੋਣਾ ਚਾਹੀਦਾ ਹੈਗਾ ਤੇ ਹੁਣ ਅਸੀਂ ਸ਼ਾਂਤਮਈ ਬੈਠੇ ਹਾਂ ਅਸੀਂ ਕਿਸੇ ਨੂੰ ਕੀ ਕਹਿੰਦੇ ਅਸੀਂ ਆਪਣਾ ਪ੍ਰਦਰਸ਼ਨ ਕਰਦੇ ਹਾਂ ਜੇ ਹੁਣ ਸਾਡੇ ਤੇ ਆ ਕੇ ਕੋਈ ਲਾਠੀ ਚਾਰਜ ਕਰੂਗਾ ਤੇ ਬਹੁਤ ਗਲਤ ਗੱਲ ਉਹ ਵੀ ਸਾਡੇ ਨਾਲ ਦੇ ਸੀਗੇ ਇਸ ਚੀਜ਼ ਨੂੰ ਅਸੀਂ ਗਲਤ ਕਹਾਂਗੇ ਦੀ ਨਿੰਦਾ ਕਰਦੇ ਹਾਂ ਪੁਰਜ ਅਸੀਂ ਗੱਲ ਕੀਤੀ ਪ੍ਰਧਾਨ ਜੀ ਨਾਲ ਅਤੇ ਕੈਸ਼ੀਅਰ ਜੀ ਨਾਲ ਉਹਨਾਂ ਨੇ ਸਾਨੂੰ ਦੱਸਿਆ ਵੀ ਪਿਛਲੇ ਲੰਬੇ ਸਮੇਂ ਤੋਂ 4 ਮਹੀਨੇ ਤੋਂ ਜਿਹੜੀ ਤਨਖਾਹ ਆ ਸਾਡੀ ਨਹੀਂ ਪਈ ਤਾਂ ਅਗਰ ਸਰਕਾਰ ਵੱਲੋਂ ਇਹ ਮੰਗਾਂ ਸਾਡੀਆਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਹੋਰ ਅਪਡੇਟ ਦੇ ਲਈ ਦੇਖਦੇ ਰਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ